ਕੈਨੇਡਾ ਜਾਣ ਤੋਂ ਪਹਿਲਾਂ ਹੀ ਜਵਾਨ ਪੁੱਤ ਦੀ ਹੋਈ ਮੌਤ। ਮਾਂ ਪਿਓ ਨੇ ਵੀ ਤੋੜਿਆ ਦਮ। ਸੜਕੀ ਹਾਦਸੇ ਚ ਪਰਿਵਾਰ ਦੇ ਤਿੰਨਾਂ ਜੀਆਂ ਦੀ ਮੌਤ। ਰਿਸ਼ਤੇਦਾਰਾਂ ਨੂੰ ਮਿਲ ਕੇ ਖੁਸ਼ੀ ਖੁਸ਼ੀ ਆ ਰਿਹਾ ਸੀ ਪਰਿਵਾਰ। ਜੀ ਹਾਂ, ਇਹ ਭਿਆਨਕ ਸੜਕੀ ਹਾਦਸੇ ਦੀਆਂ ਤਸਵੀਰਾਂ ਨੇ। ਮੁੰਡੇ ਨੇ ਕੈਨੇਡਾ ਜਾਣਾ ਸੀ, ਪਰ ਉਸ ਤੋਂ ਪਹਿਲਾਂ ਹੀ ਹੱਸਦਾ ਵਸਦਾ ਪਰਿਵਾਰ ਉੱਜੜ ਗਿਆ। ਇੱਕੋ ਝਟਕੇ ਚ ਇੱਕੋ ਹੀ ਪਰਿਵਾਰ ਦੇ ਤਿੰਨ ਜੀਆਂ ਦੀ ਦਰਦਨਾਕ ਮੌਤ ਹੋਈ ਹੈ। ਪਤੀ ਪਤਨੀ ਤੇ ਉਹਨਾਂ ਦਾ ਲੜਕਾ ਜਿਸ ਨੇ ਕੈਨੇਡਾ ਜਾਣਾ ਸੀ, ਆਪਣੇ ਰਿਸ਼ਤੇਦਾਰਾਂ ਨੂੰ ਮਿਲ ਕੇ ਖੁਸ਼ੀ ਖੁਸ਼ੀ ਚਾਵਾਂ ਦੇ ਨਾਲ ਆਪਣੇ ਘਰ ਜਾ ਰਹੇ ਸੀ, ਤਾਂ ਰਸਤੇ ਦੇ ਵਿੱਚ ਇਹ ਭਾਣਾ ਵਾਪਰ ਗਿਆ। ਤਿੰਨਾਂ ਦੀ ਦਰਦਨਾਕ ਮੌਤ ਹੋਈ ਹੈ। ਇਹ ਹਾਦਸਾ ਤਰਨ ਤਾਰਨ ਦੇ ਪਿੰਡ ਬੂ ਹਵੇਲੀਆਂ ਦੇ ਮੋੜ ਤੇ ਹੋਇਆ। ਹਰੀਕੇ ਭਿੱਖੀਵਿੰਡ ਰੋਡ ਤੇ ਇਹ ਭਾਣਾ ਵਾਪਰ ਗਿਆ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ। ਮੌਕੇ ਤੇ ਪਹੁੰਚੀ ਸੜਕ ਸੁਰੱਖਿਆ ਫੋਰਸ ਨੇ ਲਾਸ਼ਾਂ ਨੂੰ ਸਿਵਲ ਹਸਪੀਟਲ ਪੱਟੀ ਵਿਖੇ ਭੇਜਿਆ ਅਤੇ ਜ਼ਖਮੀ ਨੌਜਵਾਨ ਨੂੰ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਪਹੁੰਚਾਇਆ। ਦੱਸਦੀਏ ਕਿ ਕਾਰ ਦੇ ਵਿੱਚ ਪਤੀ ਪਤਨੀ, ਉਹਨਾਂ ਦਾ ਲੜਕਾ ਤੇ ਉਹਨਾਂ ਦਾ ਇੱਕ ਭਾਣਜਾ ਸੀ। ਭਾਣਜੇ ਦੀ ਜਾਨ ਬਚ ਗਈ, ਉਹ ਗੰਭੀਰ ਜ਼ਖਮੀ ਹੋਇਆ, ਜਦਕਿ ਇੱਕੋ ਹੀ ਪਰਿਵਾਰ ਦੇ ਤਿੰਨ ਜੀਆਂ ਦੀ ਦਰਦਨਾਕ ਮੌਤ ਹੋਈ ਹੈ। ਤਾਂ ਇਹ ਤਸਵੀਰਾਂ ਉਸ ਪਿਓ ਪੁੱਤ ਦੀਆਂ ਨੇ ਜੋ ਇਸ ਸੜਕੀ ਹਾਦਸੇ ਦਾ ਸ਼ਿਕਾਰ ਹੋਏ ਨੇ। ਇਸ ਲੜਕੇ ਨੇ ਜੁਲਾਈ ਦੇ ਵਿੱਚ ਕੈਨੇਡਾ ਜਾਣਾ ਸੀ, ਆਪਣੇ ਰਿਸ਼ਤੇਦਾਰਾਂ ਨੂੰ ਮਿਲ ਕੇ ਸਾਰਾ ਪਰਿਵਾਰ ਆ ਰਿਹਾ ਸੀ, ਤਾਂ ਰਸਤੇ ਦੇ ਵਿੱਚ ਇਹ ਭਾਣਾ ਵਾਪਰ ਗਿਆ। ਟਰਾਲੇ ਦੇ ਨਾਲ ਟੱਕਰ ਹੋਈ, ਇਹ ਦੱਸਿਆ ਜਾ ਰਿਹਾ। ਅਣਪਛਾਤੇ ਵਾਹਨ ਦੇ ਨਾਲ ਟੱਕਰ ਹੋਣ ਤੇ ਨਿਸ਼ਾਨ ਸਿੰਘ, ਪਤਨੀ ਰਾਜਵੰਤ ਕੌਰ, ਬੇਟਾ ਨਵਦੀਪ ਸਿੰਘ, ਜਿਨ੍ਹਾਂ ਦੀ ਮੌਤ ਹੋਈ ਹੈ, ਜਦਕਿ ਉਹਨਾਂ ਦਾ ਭਾਣਜਾ ਜਗਜੀਤ ਸਿੰਘ ਜ਼ਖਮੀ ਹੋਇਆ, ਜਿਸ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਤਾਂ ਦੱਸਦੇ ਕਿ ਇਹ ਨੌਜਵਾਨ ਨੇ ਕੈਨੇਡਾ ਜਾਣਾ ਸੀ, ਆਪਣੇ ਮਾਪਿਆਂ ਦੇ ਨਾਲ ਰਿਸ਼ਤੇਦਾਰਾਂ ਦੇ ਘਰ ਗਿਆ ਸੀ। ਵਾਪਸ ਆਉਣ ਵੇਲੇ ਇਹ ਭਾਣਾ ਵਾਪਰ ਗਿਆ। ਕਾਰ ਸਵਾਰ ਨੇੜਲੇ ਪਿੰਡ ਠੱਕਰਪੁਰਾ ਦੇ ਰਹਿਣ ਵਾਲੇ ਸੀ, ਜੋ ਕਿ ਸੰਗਰੂਰ ਤੋਂ ਆਪਣੇ ਕਿਸੇ ਰਿਸ਼ਤੇਦਾਰਾਂ ਦੇ ਘਰ ਜਾ ਕੇ ਵਾਪਸ ਆ ਰਹੇ ਸੀ, ਤਾਂ ਰਸਤੇ ਦੇ ਵਿੱਚ ਇਹ ਦਰਦਨਾਕ ਹਾਦਸਾ ਹੋ ਗਿਆ। ਇਹਦੇ ਵਿੱਚ ਜੀ ਚਾਰ ਜੀ ਸੀ ਗੱਡੀ ਦੇ ਵਿੱਚ, ਜਿਨ੍ਹਾਂ 'ਚੋਂ ਤਿੰਨਾਂ ਜੀਆਂ ਦੀ ਅਤੇ ਦੋਵਾਂ ਜੀਆਂ ਦੀ ਤਾਂ ਮੌਕੇ 'ਤੇ ਡੈਥ ਹੋ ਗਈ, ਅਤੇ ਉਹਨਾਂ ਦਾ ਬੇਟਾ ਸੀ ਜਿਹੜਾ ਉਹ ਤਰਨ ਤਾਰਨ ਹੋਸਪਿਟਲ ਲੈ ਕੇ ਗਏ ਸੀ, ਉੱਥੇ ਜਾ ਕੇ ਡੈਥ ਹੋ ਗਈ। ਨਿਸ਼ਾਨ ਸਿੰਘ ਗੁਰਬਖਸ਼ੀਤ ਸਿੰਘ ਅਤੇ ਉਹਨਾਂ ਦੀ ਘਰ ਦੀ ਇੱਥੇ ਮੌਕੇ 'ਤੇ ਡੈਥ ਹੋ ਗਈ ਸੀ ਜੀ। ਉਹਨਾਂ ਦਾ ਬੇਟਾ ਨਵਦੀਪ ਸਿੰਘ ਉਹਦੀ ਤਰਨ ਤਾਰਨ ਜਾ ਕੇ ਉੱਥੇ ਡੈਥ ਹੋ ਗਈ। ਉਹਨਾਂ ਦੇ ਮਾਸੀ ਦਾ ਬੇਟਾ ਸੀ ਨਾਂ ਨਿਸ਼ਾਨ ਸਿੰਘ ਦੇ, ਉਹ ਤਾਂ ਚਲੋ ਡਾਕਟਰ ਨੇ ਕਿਸਮਤ ਉਹਦੀ ਇਹਨਾਂ ਦੇ ਵਧੀ ਸੀ, ਉਹਦੀ ਉਹਦੇ ਥੋੜ੍ਹੀਆਂ ਸੱਟਾਂ ਲੱਗੀਆਂ ਅਤੇ ਉਹਦੇ 'ਤੇ ਜਾਨ ਬਚ ਗਈ। ਕਿੱਥੋਂ ਆ ਰਹੇ ਫਿਰ, ਕਿੱਥੇ ਜਾ ਰਹੇ? ਇਹ ਵੀ ਜੀ ਆ ਰਹੇ ਸੀ ਆਪਣਾ ਸੰਗਰੂਰ ਤੋਂ, ਅਤੇ ਬਸ ਨਾਲ ਸਾਡੇ ਪਿੰਡ ਇੱਕ ਹੋਰ 7 ਕਿਲੋਮੀਟਰ ਦੂਰ ਰਹਿ ਗਿਆ ਸੀ, ਟੱਕਰਪੁਰਾ ਪਿੰਡ ਆ, ਉੱਥੇ ਆ ਉੱਥੇ ਪਹੁੰਚ ਰਹੇ ਸੀ। ਉਹਦੇ ਬੇਟੇ ਦਾ ਵੀਜ਼ਾ ਵੀਜ਼ਾ ਪਰਿਵਾਰ ਨੂੰ ਮਿਲਣ ਗਏ ਸੀ ਉੱਥੇ? ਕਿੱਥੇ? ਜੀ ਜੀ ਰਿਸ਼ਤੇਦਾਰ ਜੀ ਮਿਲਣ ਗਏ ਸੀ। ਸਤੰਬਰ ਦੇ ਬੈਚ ਦੇ ਵਿੱਚ ਬੇਟੇ ਦਾ ਇੰਟੈਕ ਸੀ, ਜਿਹੜਾ ਮੰਨ ਲਓ ਆਈ ਥਿੰਕ ਉਹਨੇ ਜੁਲਾਈ ਦੇ ਵਿੱਚ ਉੱਥੋਂ ਚੱਲ ਜਾਣਾ ਸੀ ਵੈਸੇ ਹੀ, ਅਤੇ ਇਸ ਕਰਕੇ ਇਹੀ ਫਿਰ ਜਿਹੜਾ ਜਾਂਦੀ ਵਾਲਾਂ ਦਾ ਰਿਸ਼ਤੇਦਾਰਾਂ ਨੂੰ ਮਿਲਣ ਗਿਆ ਅਤੇ ਵਾਪਸ ਆ ਰਹੇ ਸੀ। ਐਕਸੀਡੈਂਟ ਹੋਇਆ ਪਤਾ ਲੱਗਾ ਕੁਛ? ਇਹ ਐਕਸੀਡੈਂਟ ਜੀ ਟਰਾਲੇ ਦੇ ਨਾਲ ਜਿਹਨੂੰ ਜਿੱਦਾਂ ਘੋੜਾ ਕਹਿ ਦਿੰਦੇ ਆ, ਉਹਦੀ ਸਾਈਡ ਵੱਜੀ ਆ, ਅਤੇ ਜਿੱਦਾਂ ਸਾਈਡ ਤੋਂ ਟਾਇਰਾਂ ਤੋਂ ਲੱਗ ਕੇ ਅਤੇ ਜਿਹੜਾ ਵਾ ਉਹ ਥੱਲੇ ਹੀ ਜਿੱਦਾਂ ਮਤਲਬ ਟਰਾਲੇ ਦੇ ਜਿੱਦਾਂ ਗੱਡੀ ਥੱਲੇ ਹੀ ਵੜ ਗਈ ਹੈ, ਉਸ ਕਰਕੇ ਜਿਹੜੇ ਤਾਂ ਹੀ ਜਿਹੜੇ ਜਿੱਦਾਂ ਮੰਨ ਲਓ ਛੱਤ ਹੀ ਗੱਡੀ ਦੀ ਤਾਂ ਛੱਤ ਹੀ ਟੁੱਟ ਗਈ ਉੱਡ ਗਈ ਜੀ ਉੱਤੋਂ।